बिस्मिल्लाहिर्रहमानिर्रहीम, अस्सलाम वालेकुम। कैसे हैं सब? उम्मीद करती हूँ सब ठीक होंगे, खुश बाश होंगे। तो व्लॉग का करते हैं जी आगाज़। अब्बास और जा रहे हैं बाजी और नया फातिमा बाजी मेरा के घर। बाजी मेरा मेरा बोता बोता गले लगा के ना ते सलाम दो दिया जाए। ठीक हो गया ना? ठीक हो हाँ गई। जी। मैं आजकल गई था। अच्छा चलो, अच्छा कोई नहीं। चलो सही है, ठीक है। काफ़ी बहन भाई ने मतलब आखना कि मैं पिछली दफ़ा भी ऐसे नहीं सी गई। मैं अपनी वीडियो दसिया, मैं कुछ मजबूरियां भी होंदियां ने इस करके। दे साड़ी ये ना कोई आखे जब कोई साड़ी कोई रिजगी नाराज दी कोई मसला मसाला ऐसे वैसे कोई गल नहीं है। अगर कोई होंगी तो मेरे मेरे फेस से ना ये खुशी ये सब कुछ ये नहीं होना, बिल्कुल चेंज होना सी। अच्छा ना फातिमा, अपने पप्पो को मेरा सलाम देना। अच्छा काका काका चलो ठीक है जाओ। ते उस्मान है तो मैं वीडियो बनानी है, तू जल्दी आ जाई ते फिर पापा ते बेटी बाद से आ जाओ। ठीक है ना? अच्छा चलो सही है, ठीक है। अल्लाह हाफिज़। या माशाल्लाह साडी कपाई है ले तोरो तोर। हां जी माशाल्लाह कपाई भी सोनी ते मूंगी भी सोनी है। लक्ष्य फिर मूंगी जे सारी सोहनी लेकिन इधर क्या बहुत प्यारा आया कपाह केड़ा इधर दो क्या ना हाँ ठीक ने मानो बिल्ली मेरी भैया जिन जा पानी लगा है जरूर। हाँ जी पानी तरह लगा तो लगा है पता नहीं यार किधर लगा। इधर जा इधर जा इधर जा इधर जा नाया और मैं आए हैं बच्ची मेरा बेल होना को मैं शुद्धर अमित होना को बच्ची मेरा पकड़ी पकड़ी इन्हें ऊपर वो ला लिया उत्तों लेबर उ लगा नहीं होता स्टिकर उ लगा सी ना उतार लिया बची पैसे दो कहीं मैं खा लेने जेड़ी चीज तो खादी है ਜਿਹੜੀ ਖਾਣੇ ਦੀ ਚੀਜ਼ ਹੈ ਨਾ ਦੁੱਧ ਵਗੈਰਾ ਉਹ ਨੀ ਪੀਣਾ ਜਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਨਾ ਇਹ ਬੋਤਲ ਬੋਤਲ ਜਿਹੜੀ ਪੀਂਦੀ ਹੈ ਬੋਤਲ ਨਹੀਂ ਦੇਣੀ ਇਹ ਬੱਜੀ ਇਹਨਾਂ ਕਾਕਾ ਕਹਿੰਦੀ ਆ ਹੀਰਾ ਨੂੰ ਉਹ ਦੋ ਦਿਨ ਹੋ ਗਏ ਖੇਲ ਚਲੇ ਗਏ ਨਾ ਜਿਹੜਾ ਸੁਬਹ ਇਹਨੇ ਤੰਗ ਕੀਤਾ ਮੈਨੂੰ ਤਾਂ ਬੂ ਨੂੰ ਅੱਗੇ ਉਹਨਾਂ ਨੇ ਖੇਲਦੀ ਹਮਨਾ ਹੀਬਾ ਉਹਨਾਂ ਮੋਜਨਾ ਨਾਲ ਦੇ ਹੀਰਾ ਨਾਲ ਉਹਨੂੰ ਲੱਭੇ ਕੋਈ ਨਾ ਪਹਿਲਾਂ ਬਾਗਰ ਕਲੇ ਵੀ ਜਾ ਕੇ ਰੋਵੇ ਤੇ ਬਾਅਦ ਚ ਮੈਂ ਤਾਂ ਪੁੱਛ ਚੱਕੀ ਕਿਵੇਂ ਮੈਂ ਆਪਣੀ ਮਾਂ ਕੋਈ ਆ ਕੇ ਬਹਿਣਾ ਮੈਂ ਤਾਂ ਕਰਨਾ ਨੀ ਹੈਗਾ ਇਹਦੀ ਮਾਂ ਕਿਚਨ ਚ ਰੋਟੀਆਂ ਪਕਾਵੇ ਨਾ ਲੱਭਦੀ ਹਾਂਜੀ ਕਾਕਾ ਕਾਕਾ ਖੇਲਦੀ ਉਹਨਾਂ ਨਾਲ ਹਮਲਾ ਨੀ ਥੋੜਾ ਚੱਕਦੀ ਸੀ ਹਮਲਾ ਹੀ ਬਾਹਰ ਚੱਕਦੇ ਮੋਜੀ ਚੱਕ ਲੈਂਦਾ ਉਹਨਾਂ ਵੀ ਜਾਂਦੀ ਉੱਡ ਕੇ ਜਦੋਂ ਸਮੀਰ ਹੋਣੀ ਆਈ ਬਾਈ ਚਾਰਾ ਫੇਰ ਕੋਈ ਕੁੜੀ ਖੇਲੀ ਪਈ ਬਾਜੀ ਤਾਰਾ ਆਉਂਦੀ ਚਿਬੜ ਗਈ ਕਾਰ ਲਿਆ ਤੇ ਚਿਬੜ ਗਈ ਬਾਜੀ ਨੂੰ ਬਾਜੀ ਕੋ ਗਈ ਫੇਰ ਜਿੰਨੀਆਂ ਫੁੱਫੀਆਂ ਚਾਰਾਂ ਫੁੱਫੀਆਂ ਕੋਟ ਕੇ ਜਾਂਦੀ ਆ ਫੁੱਫੋ ਆਪਣੀ ਮਮਾ ਕੋਈ ਬੜਾ ਹਾਂਜੀ ਤੈਨੂੰ ਹੁਣੇ ਮੇਕਅਪ ਚਾਹੀਦਾ ਵਾ
ਝੋਲੀ ਚ ਨਾ ਪੀ ਮਾਰਦੀ ਮੈਂ ਪਲਾਵਾਂ ਹੀਰਾ ਨਾ ਬਹੁਤ ਖੇਡਦੀ ਆ, ਲੇਕਿਨ ਇਹ ਕਦੀ ਇਹ ਹੀਰਾ ਨੂੰ ਦਾਰ ਲੈਂਦੀ, ਕਦੀ ਹੀਰਾ ਨੂੰ ਦਾਰ ਲੈਂਦੀ ਆ, ਇਹਨੂੰ ਕੁੱਟ ਮਾਰ ਵੀ ਲੈਂਦੀ ਆ ਨਾ, ਪਿਆਰ ਵਾਧਾ ਕੋਈ ਖੁਰਮਾਨੀਆਂ ਵਗੈਰਾ ਆਈਆਂ ਸੀ ਤੇ ਉਹ ਤੇ ਆਲੂ ਬੁਖਾਰਾ ਥੋੜੀ ਖਾਂਦੀ ਖੁੰਦੀ ਆਈ, ਅਗਲੀ ਖਾਂਦੀ ਘੱਟ ਆ ਥੋੜੀ, ਖਾ ਕੇ ਨਾ ਫੇਕ ਕੇ ਤੇ ਉਹ ਫੁੱਲਾ ਬਣਾ ਦਿੰਦੀ ਹਰੀ ਜਿਆਦਾ, ਬੱਚਾ ਖਾਂਦਾ ਹੁੰਦਾ ਵਾ ਉਸਮਾਨ ਉਦੋਂ ਐਸੀ ਚਲਾਇਆ ਸੀ, ਮੈਂ ਹੁਣ ਬੰਦ ਕਰਾ ਕੇ ਆਇਆ, ਕਹਿੰਦੇ ਤਾਜ਼ੀ ਸੋਣਾ, ਮੈਂ ਕਿਹਾ ਬੰਦ ਕਰਿਆ ਸੀ, ਮੈਂ ਕਿਹਾ ਸਿਆਨ ਕੋਈ ਨੀ ਅਸੀਂ ਦਾ ਦੁੱਧ ਆ ਗਈ, ਨਹੀਂ ਇਹ ਕਮਰੇ ਚ ਕੈਦ ਹੋ ਗਈ ਨਾ, ਕਹਿੰਦੀ ਮੈਂ ਬਾਹਰ ਜਾਣਾ ਆ, ਤੁਹਾ ਕੋਈ ਬੈਠੀ ਨੀ, ਤੇ ਕਹਿਣਾ ਮੈਂ ਬਾਹਰ ਜਾਣਾ, ਮੈਂ ਪਾਪਾ ਜੀ ਨੂੰ ਚਾਹ ਬਣਾ ਕੇ ਦੇਣੀ ਆ, ਨਹੀਂ ਚਾਹ ਮੈਂ ਪੀ ਕੇ ਹੁਣ, ਚਾਹ ਹੁਣ ਪੀ ਕੇ, ਮੈਂ ਚਾਹ ਰਹਿਣ ਦੋ, ਫਰੂਟ ਤਾਂ ਮੈਂ ਕੋਈ ਨਾ ਕੋਈ ਚੀਜ਼ ਨਹੀਂ ਖਾਣੀ ਪੀਣੀ ਹੈਗੀ, ਮੈਂ ਕਿਸੇ ਬਾਜੀ ਕੋਲ ਮਿਲਾ ਲਿਆ ਵਾ, ਆਏ ਹੋਏ ਆ ਤੇ ਸੁਬਹ ਫਿਰ ਪਹਿਲਾਂ ਟਾਈਮ ਨਿਕਲ ਜਾਈ, ਅਗਰ ਜਾਂ ਦਿਹਾੜੀ ਦਿਹਾੜੀ ਫਿਰ ਦਿਹਾੜ ਚਾਹੂੰਗਾ, ਅਗਰ ਦਿਹਾੜੀ ਦਾ ਨਾ ਲੱਭਿਆ ਫਿਰ ਟਾਈਮ ਨਾਲ ਨਿਕਲ ਜਾਣਾ, ਕਟਾਈ ਨੀ ਕਰਨੀ ਹਜੇ, ਮੈਂ ਕਰਦੀ ਨੀ ਨਾ, ਮੈਂ ਕਿਹਾ ਇਸ ਤਰ੍ਹਾਂ ਉਹਨਾਂ ਕਰਾਉਂਦੀ ਨਾ ਭਾਬੀ ਮੇਰਾ ਕੋਲ, ਮੈਂ ਕਿਹਾ ਕੋਲ ਬੈਠ ਕੇ ਨਾ, ਨਹੀਂ ਉਹਨਾਂ ਨੇ ਕੈਂਚੀ ਤੂੰ ਆਪ ਫੜਿਆ ਕਰ, ਮੈਂ ਦੱਸੋ, ਮੈਂ ਕਿਹਾ ਤੂੰ ਦੇਖਦੇ ਨਹੀਂ ਏਦਾਂ ਤਾਂ ਨਹੀਂ ਹੋਣੇ ਹੈਗੇ, ਮੈਂ ਕਿਹਾ ਕੋਈ ਕੰਮ ਨੀ, ਬੰਦਾ ਖੁਦ ਆਪਣੇ ਹੱਥ ਨਾਲ ਕਰੇ ਨਾ, ਇੱਕ ਦੋ ਦਫ਼ਾ ਕਰੇ, ਬਸ ਮੇਰਾ ਕਿਹਾ ਕਿਸੇ, ਬਸ ਮੇਰਾ ਕਹਿੰਦੀ ਛੋਟੇ ਜਿਹੇ ਖਰਾਬ ਕੱਪੜੇ ਨੀ ਹੁੰਦੇ ਹੈਗੇ ਤੇਰੇ ਪੁਰਾਣੇ ਸਟੂਡ ਹੈ ਜਿਹੜੇ, ਉਹਨਾਂ ਨੇ ਕਟਾਈਆਂ ਕਰਨੀਆਂ ਸਿੱਖ ਦੋ, ਕਟਾਈਆਂ ਕਰਨੀਆਂ ਆ ਗਈਆਂ, ਫਿਰ ਅਲੀ ਬਾਸ ਕੋ ਉੱਡ ਕੇ ਮੇਰੇ ਕੋ ਆ ਗਈ ਹੱਸੀ ਹੱਸੀ, ਹਾਂਜੀ ਕਹਿੰਦੇ ਮਹਿੰਦਰ ਕੋੜਾ ਪਤਾ ਨਾ ਮਿੱਠਾ ਖੂਨ ਸੋਹਣਾ ਖੂਨ, ਉਹਨੂੰ ਰਾਲੀ ਰੁੱਸ ਗਈ, ਲੈ ਸ਼ਰਮ ਵੀ ਆਉਂਦੀ ਹਾਂਜੀ ਮੈਂ ਪੋਤਿਆਂ ਨੂੰ ਪਾ ਗਿਆ ਤੇ ਉੱਥੇ ਮਾਰਨ ਲੱਗੀ ਸੀ, ਪ੍ਰਾਹੁਣੇ ਆ ਗਏ, ਫਿਰ ਮਹਿੰਦਰ ਆ ਗਏ, ਮੈਨੂੰ ਜੱਫੀਆਂ ਪਾ ਕੇ ਤੇ ਆਪਣੇ ਪਾਪਾ ਕੋ ਗਈ ਆ, ਆਪਣੇ ਦਾਦਾ ਅੱਛਾ
ਮੈਨੂੰ ਪਿਆਸ ਦਾ ਕਹਿੰਦਾ ਮੇਰੀ ਅੱਖ ਜਾ ਕੇ ਉਂਗਲੀ ਮਾਰੂ ਜਾਂ ਫਿਰ ਓਦਾਂ ਮੈਂ ਛਿਟੋਗੇ ਉੱਠੇ ਸਾਰੇ ਮੈਨੂੰ ਪਿਆਸ ਹੁੰਦੇ ਆ ਚਾਚੂ ਪਿਆਸ ਚਾਚੂ ਫਿਆਸ ਨਾਇਆ ਨੂੰ ਚੁੱਕ ਲਾ ਬਾਹਰ ਲੈ ਜਾ ਨਾਇਆ ਨੂੰ ਤੇ ਅੱਗੇ ਪਹਿਲਾਂ ਬੁੱਧ ਨਾ ਕਰਨ ਪਾ ਕੇ ਸੱਪ ਉੱਡ ਕੇ ਪੂਜਣੀ ਨਹੀਂ ਸੀ ਨਾਇਆ ਨੂੰ ਚੁੱਕ ਲੋ ਕੋਈ ਬੰਦਾ ਫਿਰ ਸਮਝ ਆ ਗਈ ਬੁੱਧ ਨੇ ਫੇਰ ਜਿਹੜਾ ਕਰਨਾ ਕਰਨਾ ਕੁੱਕ ਕਹਿੰਦੀ ਕੁੱਕ ਚੀਨੀ ਪਾਈ ਬੇਟੀ ਖੇਲੇ ਸੀ ਨਾ ਆ ਸਾਡੀ ਘਰ ਸਾਡੀ ਨਾ ਆਇਆ ਆਈ ਚੱਕਣੀ ਆ ਚੱਕਣੀ ਚਾਚੀ ਅੱਜ ਨਾ ਤੇ ਸੁਣਾ ਇੱਕ ਨਾ ਸੁਣਾ ਹੈ ਇੱਕ ਨਾ ਸੁਣਾ ਦੇ ਮੇਰੇ ਕੋਲ ਪੁੱਤ ਨਹੀਂ ਮੇਰਾ ਬੇਟਾ ਸ਼ਰਮਾਉਂਦਾ ਆ ਆਪਣੀ ਟਾਲੀ ਨੀ ਸ਼ੰਗਾਈ ਨਹੀਂ ਉੱਪਰ ਬਲ ਮਾਰਨਾ ਸੀ ਨਾਲੇ ਫਿਰ ਨਾਲੇ ਛੋਰ ਰੱਖ ਪੈਣ ਖਤਮ ਹੋਣੀ ਸੀ ਮੌਸਮ ਅਸੀਂ ਵੀ ਰੱਖੇ ਨਾ ਉਸ ਤੋਂ ਵੀ ਵਧੀਆ ਖਜੂਰ ਦੀ ਪਤਾ ਨੀ ਕਿੰਨੇ ਹਜ਼ਾਰ ਦੀ ਉਹ ਨਿੱਕੀ ਜੀ ਬੱਚੀ ਲਿਆ ਕੇ ਲਾਈ ਸਹੇਲੀ ਨੇ ਉਧਰ ਆ ਪੈਸੇ ਦਿੱਤੇ ਆ ਤੇ ਮੂੰਹ ਚ ਪਾ ਪਾ ਕੇ ਚੂੜੀਆਂ ਤੇ ਕਿਰਪਾ ਪਤਾ ਨੀ ਅਸੀਂ ਅੱਪੜਦੇ ਕੇ ਨਹੀਂ ਅੱਪੜਦੇ ਇਹ ਨਾਇਆ ਦੀ ਈਦੀ ਆ ਤੇ ਆ ਤੁਹਾਡੀ ਈਦੀ ਆ ਤੂੰ ਰਹਿਣ ਦੇ ਨਾ ਮੈਂ ਫਰੂਟ ਨੀ ਲੈ ਕੇ ਆਇਆ ਸੀ ਕਿਉਂਕਿ ਫਿਰ ਮੈਂ ਨਾ ਬਜੀ ਰਾਜ ਦੇ ਸ਼ਹਿਰ ਮੈਂ ਕਾਰ ਨੀ ਲਿਆਉਂਦਾ ਸ਼ਹਿਰ ਚ ਬਾਈਕ ਤੇ ਹੋਵਾਂ ਨਾ ਫਿਰ ਮੈਂ ਹਰ ਚੀਜ਼ ਲੈ ਲੈਂਦਾ ਆ ਕਾਰ ਤੇ ਹੋਵਾਂ ਮੈਂ ਚੀਜ਼ਾਂ ਘੱਟ ਲੈਂਦਾ ਆ ਕਿਉਂਕਿ ਸਾਡੇ ਨਾ ਥੋੜੇ ਦਿਨ ਪਹਿਲਾਂ ਸਾਡੇ ਨਾ ਪੰਪ ਤੋਂ ਕਾਰ ਚੋਰੀ ਹੋ ਗਈ ਸੀ ਥੋੜੇ ਦਿਨ ਪਹਿਲਾਂ ਉਸ ਤੋਂ ਬਾਅਦ ਫਿਰ ਮੈਂ ਨਾ ਰਿਸਕ ਨੀ ਲੈਂਦਾ ਹੈਗਾ ਸੁਬਹੋ ਅਗਰ ਟਾਈਮ ਨਾਲ ਚਲੇ ਗਿਆ ਫਿਰ ਨਹੀਂ ਫਿਰ ਨਾਇਆ ਮੈਂ ਲਾ ਜਾਂਗਾ ਤੁਹਾਨੂੰ ਅਗਰ ਟਾਈਮ ਨਾਲ ਚਲਾ ਬੇਟਾ ਦੋ ਫੁੱਫੋ ਜੀ ਨੂੰ ਨਾਇਆ ਬੇਟਾ ਫੁੱਫੋ ਜੀ ਦੋ ਦੇ ਸ਼ਾਬਾਸ਼ ਬੜੀ ਬੀਬੀ ਦੀ ਪਾਪਾ ਗੱਲ ਮੰਨ ਜਾਂਦੀ ਹੈ ਤਾਂ ਆਪਣੇ ਆਪਣੇ ਰੱਖੋ ਆ ਕੀ ਹੋਈ ਦੋਨੋਂ ਰੱਖ ਕੇ ਨੀ ਦੋਨੋਂ ਚੱਕ ਲੈਣੀ ਪੁੱਤ ਇਹ ਮਾੜੀ ਗੱਲ ਪੁੱਤ ਫੁੱਫੋ ਦੀਦੀ ਫੁੱਫਾ ਦੋ ਦੇਖੇ ਰੋਂਦੀ ਦੇਖੇ ਰੋਂਦੀ ਦੇ
ਵਾਪਸੀ ਜਾ ਰਹੇ ਹਾਂ ਤੇ ਅਨਾਇਆ ਬੈਠੀਆਂ ਮਾਸ਼ਾਅੱਲਾ ਆਪਣੀ ਫੋਨ ਮਾਮੂ ਨਾਲ ਖੇਲ ਖੂਲ ਕੇ ਹੁਣ ਨਿਆਇਆ ਫਾਤਮਾ ਨੀਂਦ ਆ ਰਹੀ ਸੀ ਤੇ ਮੈਂ ਚਲੋ ਲੈ ਕੇ ਚਲੀ ਗਈ ਰੋਣ ਪੈ ਚੇ ਮੈਂ ਔਰ ਨਾਇਆ ਬਿੱਟੇ ਜਾ ਰਹੇ ਹਾਂ ਬਈ ਉਸਮਾਨ ਹੁਣਾਂ ਕੋ ਅਤੇ ਬਈ ਉਸਮਾਨ ਬਣਾ ਰਿਹਾ ਸੀ ਕੁਬਾ ਮੇਰੇ ਵਾਸਤੇ ਹੁਣ ਜਾ ਕੇ ਦੇਖਦੇ ਹਾਂ ਕਿ ਬਈ ਉਸਮਾਨ ਨੇ ਕੈਸੇ ਬਣਾਏ ਮੈਂ ਤਾਂ ਬਈ ਉਸਮਾਨ ਨੂੰ ਕਿਹਾ ਸੀ ਤੁਹਾਡੀ ਤਬੀਅਤ ਨਹੀਂ ਠੀਕ ਤੁਸੀਂ ਨਾ ਬਣਾਓ ਲੇਕਿਨ ਬਈ ਉਸਮਾਨ ਨੇ ਪਤਾ ਲੱਗਾ ਸੀ ਉਹਨਾਂ ਅਤੇ ਉਹਨਾਂ ਨੇ ਕੱਲ੍ਹ ਦੇ ਨਾ ਖੁਦ ਹੀ ਕਿਵੇਂ ਬਣਾ ਕੇ ਰੱਖਿਆ ਹੋਇਆ ਸੀ ਕਿ ਬਈ ਉਹਨਾਂ ਤੋਂ ਬਈ ਵਾਸਤੇ ਨਾ ਸੀ ਕੁਬਾ ਬਣਾਉਣੇ ਆ ਉਸਮਾਨ ਔਰ ਮੈਂ ਉਸ ਲੱਗੇ ਹੋਏ ਮੈਂ ਉਹਨਾਂ ਨੂੰ ਕਿਹਾ ਸੀ ਇਸ ਕੰਮ ਨਾ ਪਾਓ ਕੋਈ ਦਾਲ ਦੁਲ ਬਣਾਓ ਕੋਸ਼ਿਸ਼ ਕਰਨ ਦਾ ਦਿਲ ਨਹੀਂ ਕਰਦਾ ਹੈਗਾ ਲੇਕਿਨ ਉਸਮਾਨ ਬਈ ਜੈਸੇ ਸੀ ਕਿ ਮੈਂ ਸੀ ਕੁਬਾ ਬਣਾਉਣੇ ਬਈ ਵਾਸਤੇ ਬਈ ਪਸੰਦ ਆ ਅਤੇ ਹੁਣ ਸੋ ਜਾ ਕੇ ਦੇਖਦੇ ਹਾਂ ਅਤੇ ਜਿਹੜਾ ਵੀ ਸੀ ਮੈਂ ਆਪਣੇ ਭੈਣਾਂ ਬਹਿਣਾ ਸ਼ੇਅਰ ਕਰਦੇ ਹਾਂ।